ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਨਾਨੀ ਦਾ ਟੇਸਟੀ ਖਾਣਾ ਚੈਨਲ 'ਤੇ ਲੈ ਕੇ ਆਏ ਤੁਹਾਡੇ ਲਈ ਪੇਠੇ ਦੀ ਚਟਪਟੀ ਜੀ ਸਬਜ਼ੀ, ਜਿਵੇਂ ਤੁਸੀਂ ਭੰਡਾਰੇ ਵਿੱਚ ਖਾਧੀ ਹੋਵੇ ਜਾਂ ਹਲਵਾਈਆਂ ਦੇ ਕਿਸੇ ਢਾਬੇ 'ਤੇ ਖਾਧੀ ਹੋਵੇ। ਸੋ ਇਹ ਰੈਸਪੀ ਆਪਾਂ ਘਰ ਵਿੱਚ ਬਿਲਕੁਲ ਬੇਸਿਕ ਮਸਾਲਿਆਂ ਨਾਲ ਤਿਆਰ ਕਰਾਂਗੇ। ਇਹਦੇ ਲਈ ਤੁਸੀਂ ਕੀ ਕਰਨਾ, ਵਧੀਆ ਪੇਠਾ ਲੈ ਕੇ ਉਹਨੂੰ ਛਿੱਲ ਕੇ ਇੱਦਾਂ ਧੋ ਕੇ ਰੱਖ ਲੈਣਾ, ਡਾਈਸ ਕਰ ਲੈਣੇ ਨੇ। ਤੇਲ ਗਰਮ ਕਰ ਲੈਣਾ ਕੜਾਹੀ ਦੇ ਵਿੱਚ, ਅਤੇ ਇਹਦੇ ਵਿੱਚ ਹੁਣ ਆਪਾਂ ਥੋੜ੍ਹੇ ਜਿਹੇ ਮਸਾਲੇ ਪਾਵਾਂਗੇ, ਜਿਵੇਂ ਕਿ ਸਭ ਤੋਂ ਪਹਿਲਾਂ 1/4 ਚਮਚ ਹਿੰਗ, 1/2 ਚਮਚ ਜੀਰਾ, ਅਤੇ ਨਾਲ ਹੀ 1/2 ਚਮਚ ਮੇਥੇ ਦਾਣੇ ਪਾਵਾਂਗੇ ਆਪਾਂ, 1/2 ਚਮਚ ਇਹਦੇ ਵਿੱਚ ਸੌਂਫ ਪਾਵਾਂਗੇ। ਇਸ ਤੋਂ ਇਲਾਵਾ ਇਹਦੇ ਵਿੱਚ 1/2 ਚਮਚ ਆਪਾਂ ਜਿਹੜਾ ਧਨੀਆ ਪਾਵਾਂਗੇ ਗੋਲੀ ਵਾਲਾ। ਇਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਝਟਕਣ ਦੇਵਾਂਗੇ ਤਾਂ ਕਿ ਆਪਦੇ ਫਲੇਵਰ ਰਿਲੀਜ਼ ਕਰ ਦੇਣ। ਇਹ ਬੇਸਿਕ ਜਿਹੜੇ ਇੰਡੀਅਨ ਮਸਾਲੇ ਆ ਵੈਸੇ ਵੀ ਆਪਣੀ ਸਿਹਤ ਲਈ ਬਹੁਤ ਚੰਗੇ ਹੁੰਦੇ ਨੇ, ਸੋ ਇਹਨਾਂ ਨੂੰ ਜ਼ਰੂਰ ਇਸਤੇਮਾਲ ਕਰਿਆ ਕਰੋ। ਹੁਣ ਇਹਨੂੰ ਥੋੜ੍ਹਾ ਸਪਾਈਸੀਨੈਸ ਦੇਣ ਲਈ 2 ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਆਪਾਂ, ਤਾਂ ਕਿ ਇਹ ਵੀ ਇਹਦੇ ਵਿੱਚ ਆਪਦਾ ਫਲੇਵਰ ਚੰਗੀ ਤਰੀਕੇ ਨਾਲ ਰਿਲੀਜ਼ ਕਰ ਦੇਣ। ਇਹ ਸਬਜ਼ੀ ਚਟਪਟੀ ਬਣੇਗੀ, ਸੋ ਇਹਦੇ ਵਿੱਚ ਆਪਾਂ ਸ਼ੂਗਰ ਵੀ ਐਡ ਕਰਾਂਗੇ ਅਤੇ ਬੇਸਿਕ ਮਸਾਲੇ ਵੀ ਐਡ ਕਰਾਂਗੇ, ਖੜ੍ਹੇ ਮਸਾਲੇ ਵੀ ਐਡ ਕਰਾਂਗੇ। ਵੀਡੀਓ ਨੂੰ ਪੂਰਾ ਦੇਖਿਆ ਕਰੋ, ਐਂਡ ਤੱਕ ਦੇਖਿਆ ਕਰੋ, ਤਾਂ ਹੀ ਤੁਹਾਨੂੰ ਪ੍ਰੋਪਰ ਰੈਸਪੀ ਸਮਝ ਆਏਗੀ ਅਤੇ ਬਿਲਕੁਲ ਸਾਡੀ ਰੈਸਪੀ ਤਰ੍ਹਾਂ ਹੀ ਸੇਮ ਤੁਹਾਡੀ ਬਣੇਗੀ। ਹੁਣ ਜਦੋਂ ਇਹ ਸਾਰੇ ਮਸਾਲੇ ਚੰਗੀ ਤਰੀਕੇ ਨਾਲ ਚਟਕ ਜਾਣ, ਇਹਦੇ ਵਿੱਚ ਤੁਸੀਂ ਪਾ ਦੇਣਾ ਆਪਦਾ ਪੇਠਾ ਧੋਤਾ ਵਿਆ, ਠੀਕ ਹੈ ਜੀ। ਅਤੇ ਪੇਠਾ ਪਾ ਕੇ ਮਾੜਾ ਜਿਹਾ ਇਹਨੂੰ ਆਪਾਂ ਹਿਲਾ ਲਾਂਗੇ, ਸੋ ਦੈਟ ਕਿ ਮਸਾਲਿਆਂ ਦੇ ਜਿਹੜੇ ਫਲੇਵਰ ਰਿਲੀਜ਼ ਹੋਏ ਨੇ ਉਹ ਚੰਗੀ ਤਰ੍ਹਾਂ 1-1 ਫਾੜੀ 'ਤੇ ਚੜ੍ਹ ਜਾਣ। ਅਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਮੀਡੀਅਮ ਕਰਕੇ ਇਹਨੂੰ ਢੱਕ ਦੇਣਾ ਤੁਸੀਂ ਥੋੜ੍ਹੀ ਦੇਰ ਲਈ। ਵਿੱਚ ਵਿੱਚ ਤੁਸੀਂ ਇਹਨੂੰ ਦੇਖਦੇ ਰਹਿਣਾ ਕਿ ਇਹਦੀ ਕੀ ਕੰਡੀਸ਼ਨ ਆ, ਤਾਂ ਕਿ ਸਬਜ਼ੀ ਸਾਡੀ ਨੀਚੇ ਵੀ ਨਾ ਲੱਗੇ ਅਤੇ ਜ਼ਿਆਦਾ ਪਾਣੀ ਵੀ ਨਾ ਰਿਲੀਜ਼ ਕਰੇ। ਹੁਣ ਦੇਖੋ ਆਪਾਂ ਇਹਦੇ ਪਾਸਾ ਪਲਟ ਦਾਂਗੇ, ਠੀਕ ਹੈ, ਅਤੇ ਫਿਰ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ। ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਹਿਲਾਂ ਸੁੱਕੇ ਮਸਾਲਿਆਂ ਵਿੱਚ ਪਾਵਾਂਗੇ, ਠੀਕ ਹੈ ਜੀ। ਸਬਜ਼ੀ ਨੂੰ ਇੱਦਾਂ ਹਿਲਾਉਂਦੇ ਰਹਿਣਾ। ਇਹ ਸਬਜ਼ੀ ਹਾਰਡਲੀ 10 ਤੋਂ 15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ। ਅਗਰ ਤੁਹਾਨੂੰ 2-3 ਵਾਰ ਦੇਖਣ ਤੋਂ ਲੱਗੇ ਕਿ ਤੁਹਾਡੀ ਜਿਹੜੀ ਸਬਜ਼ੀ ਹੈ ਉਹ 70% ਕੁੱਕ ਹੋ ਗਈ ਹੈ, ਫਿਰ ਇਹਦੇ ਵਿੱਚ ਮਸਾਲੇ ਪਾ ਦਿਉ। ਇਹ 'ਚ ਤੁਸੀਂ ਟੇਸਟ ਦੇ ਮੁਤਾਬਕ ਨਮਕ ਪਾਉਣਾ, ਉਸ ਤੋਂ ਇਲਾਵਾ ਟੇਸਟ ਦੇ ਮੁਤਾਬਕ ਹੀ ਮਿਰਚ ਪਾ ਲਓ। ਅਸੀਂ 1/2 ਟੀਸਪੂਨ ਯੂਜ਼ ਕੀਤੀ ਹੈ, ਠੀਕ ਹੈ। ਦੇਗੀ ਮਿਰਚ ਪਾ ਲਿਓ ਕਿਉਂਕਿ ਆਪਾਂ ਇਹਦੇ ਵਿੱਚ ਲਾਲ ਸੁੱਕੀ ਮਿਰਚ ਪਾਈ ਆ। ਹੁਣ ਇਹਦੇ ਵਿੱਚ 1/2 ਚਮਚ ਆਪਾਂ ਹਲਦੀ ਪਾਵਾਂਗੇ। ਹਲਦੀ ਦੇ ਨਾਲ ਵੈਸੇ ਵੀ ਐਂਟੀਸੈਪਟਿਕ ਹੁੰਦੀ ਹੈ, ਹੱਡੀਆਂ ਲਈ ਵੀ ਚੰਗੀ ਹੁੰਦੀ ਹੈ ਔਰ ਸਬਜ਼ੀ ਨੂੰ ਚੰਗਾ ਰੰਗਤ ਆ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਕਿਚਨ ਕਿੰਗ ਮਸਾਲਾ ਪਾਇਆ 1/2 ਟੀਸਪੂਨ, ਅਤੇ ਨਾਲ ਹੀ ਆਪਾਂ ਗਰਮ ਮਸਾਲਾ ਪਾ ਦੇਣਾ 1/1 ਟੀਸਪੂਨ, ਠੀਕ ਹੈ। ਇਹਦੇ ਨਾਲ ਕੀ ਹੈ ਕਿ ਜਿਹੜਾ ਐਕਸਟਰਾ ਪਾਣੀ ਸਬਜ਼ੀ ਰਿਲੀਜ਼ ਕਰੇਗੀ ਉਹ ਇਹ ਮਸਾਲੇ ਦੇ ਕਰਕੇ ਅਤੇ ਸੁੱਕੇ ਧਨੀਏ ਦੇ ਕਰਕੇ ਉਹ ਸਾਰਾ ਸੋਕਿਆ ਜਾਊਗਾ। ਉਸ ਤੋਂ ਬਾਅਦ ਇਹਦੇ 'ਤੇ ਸੁੱਕੀ ਮੇਥੀ ਪਾ ਦੇਣੀ ਹੈ 1 ਚਮਚ, ਅਤੇ ਸਬਜ਼ੀ ਨੂੰ ਚੰਗੀ ਤਰੀਕੇ ਨਾਲ ਫਿਰ ਹਿਲਾ ਦੇਣਾ ਤਾਂ ਕਿ ਜਿੰਨੇ ਵੀ ਆਪਾਂ ਮਸਾਲੇ ਸੀਜ਼ਨਿੰਗ ਯੂਜ਼ ਕੀਤੇ ਆ ਉਹ ਹਰ ਇੱਕ ਫਾੜੀ ਦੇ ਉੱਤੇ ਚੰਗੀ ਤਰੀਕੇ ਨਾਲ ਕੋਟ ਹੋ ਜਾਵੇ। ਅੱਛੀ ਤਰੀਕੇ ਨਾਲ ਇਹਨੂੰ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਨੂੰ ਥੋੜ੍ਹੀ ਦੇਰ ਲਈ ਰੈਸਟ ਕਰਕੇ ਰੱਖਣਾ ਹੈ ਇੱਦਾਂ ਹੀ ਓਪਨ 'ਚ, ਸੋ ਦੈਟ ਕਿ ਮਸਾਲੇ ਨੀਚੇ ਨਾ ਲੱਗਣ। ਜੇਕਰ ਤੁਹਾਡੀ ਸਬਜ਼ੀ ਬਿਲਕੁਲ ਸਾਡੀ ਤਰ੍ਹਾਂ ਤੁਸੀਂ ਫੋਲੋ ਕਰ ਰਹੇ ਹੋ ਤਾਂ ਬਿਲਕੁਲ ਮਸਾਲਾ ਜਲੇਗਾ ਨਹੀਂ। ਫਿਰ ਇਹਨੂੰ ਆਪਾਂ ਢੱਕ ਦੇਣਾ 2 ਕੁ ਮਿੰਟਾਂ ਲਈ, ਗੈਸ ਦੀ ਫਲੇਮ ਸਿਮ ਰੱਖਣੀ ਹੈ ਅਤੇ ਵਿੱਚ ਵਿੱਚ ਫਿਰ ਹਿਲਾਉਂਦੇ ਰਹਿਣਾ, ਠੀਕ ਹੈ ਜੀ। ਇਹਦੇ ਨਾਲ ਕੀ ਆ, ਮਸਾਲੇ ਚੰਗੀ ਤਰੀਕੇ ਨਾਲ ਆਪਦੇ ਜਿਹੜੇ ਫਲੇਵਰ ਆ ਉਹ ਪੇਠੇ ਦੀ 1-1 ਫਾੜੀ ਦੇ ਵਿੱਚ ਰਚਾ ਦੇਣਗੇ ਅਤੇ ਤੁਹਾਨੂੰ ਕੋਈ ਵੀ ਫਾੜੀ ਜ਼ਿਆਦਾ ਤਿੱਖੀ ਜਾਂ ਫਿੱਕੀ ਨਹੀਂ ਲੱਗੇਗੀ। ਸੋ ਇਸ ਨੂੰ ਚੰਗੀ ਤਰੀਕੇ ਨਾਲ ਇੱਦਾਂ ਹਿਲਾ ਕੇ ਸਬਜ਼ੀ ਦੇਖ ਲਈਏ ਤੁਸੀਂ। ਹੁਣ ਇਹਦੇ ਵਿੱਚ ਆਪਾਂ ਮਿੱਠਾ ਦੇਣ ਲਈ ਚੀਨੀ ਪਾਵਾਂਗੇ। ਚੀਨੀ ਤੁਸੀਂ ਜਿੰਨਾ ਕੁ ਤੁਹਾਨੂੰ ਚਟਪਟਾ ਚਾਹੀਦਾ ਘੱਟ ਵੱਧ ਪਾ ਸਕਦੇ ਹੋ, ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਪਾ ਦਿਉ, ਅਦਰਵਾਈਜ਼ ਇਹਦੇ ਵਿੱਚ 1 ਟੀਸਪੂਨ ਕਾਫੀ ਹੁੰਦਾ। ਚੀਨੀ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਦੀ ਥਾਂ 'ਤੇ ਸ਼ੱਕਰ ਜਾਂ ਗੁੜ ਵੀ ਪਾ ਸਕਦੇ ਹੋ, ਤੁਸੀਂ ਚਾਹੋ ਤਾਂ ਇਹਦੀ ਥਾਂ 'ਤੇ ਸ਼ਹਿਦ ਵੀ ਪਾ ਸਕਦੇ ਹੋ, ਉਹ ਤੁਹਾਡੀ ਮਰਜ਼ੀ ਹੈ। ਹਰ ਇੱਕ ਚੀਜ਼ ਥੋੜ੍ਹਾ ਜਿਹਾ ਆਪਣਾ ਫਲੇਵਰ ਦੇ ਮੁਤਾਬਕ ਟੇਸਟ ਚੇਂਜ ਕਰ ਦੇਗੀ।
ਦੈਨ ਤੁਸੀਂ ਦੁਬਾਰਾ ਇਹਨੂੰ ਢੱਕ ਦੇਣਾ ਤਾਂ ਕਿ ਚੀਨੀ ਅੱਛੇ ਤਰੀਕੇ ਨਾਲ ਮੈਲਟ ਹੋ ਜਾਏ, ਅਤੇ ਫਿਰ ਦੁਬਾਰਾ ਇਹਦੇ ਵਿੱਚ ਢੱਕਣ ਤੋਂ ਬਾਅਦ ਜਦੋਂ ਓਪਨ ਕਰੋਗੇ ਤਾਂ ਚਟਪਟਾ ਸਵਾਦ ਦੇਣ ਲਈ ਇਹ 'ਚ ਚਾਟ ਮਸਾਲਾ ਪਾ ਦੇਣਾ ਅੱਧਾ ਚਮਚਾ। ਉਸ ਤੋਂ ਬਾਅਦ ਇਹਨੂੰ ਅੱਛੇ ਤਰੀਕੇ ਨਾਲ ਹਿਲਾ ਦੇਣਾ ਅਤੇ ਸਬਜ਼ੀ ਨੂੰ ਰਲਾਉਣ ਤੋਂ ਬਾਅਦ ਸਬਜ਼ੀ ਕੁਛ ਇਸ ਤਰ੍ਹਾਂ ਬਣੇਗੀ। ਇਹ ਜਿਹੜੀ ਸਬਜ਼ੀ ਹੈ ਇਹਨੂੰ ਤੁਸੀਂ ਪੂਰੀ ਨਾ ਖਾਓ, ਪਰੌਂਠੇ ਨਾ ਖਾਓ, ਰੋਟੀ ਨਾ ਖਾਓ, ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਤਰ੍ਹਾਂ ਖਾ ਕੇ ਇਹਨੂੰ ਇਹਦਾ ਸਵਾਦ ਵਧੀਆ ਤੁਹਾਨੂੰ ਵਧੀਆ ਫੀਲ ਹੋਏਗਾ। ਇਹ 'ਚ ਕਿਸੇ ਪ੍ਰਕਾਰ ਦਾ ਪਿਆਜ਼ ਜਾਂ ਟਮਾਟਰ ਆਪਾਂ ਨਹੀਂ ਯੂਜ਼ ਕੀਤਾ। ਸੋ ਸਬਜ਼ੀ ਕੁਛ ਬਣ ਕੇ ਇਸ ਤਰ੍ਹਾਂ ਤਿਆਰ ਹੋਈ ਹੈ। ਇਹ ਦੇਖਣ 'ਚ ਜਿੰਨੀ ਖੂਬਸੂਰਤ ਲੱਗ ਰਹੀ ਹੈ, ਖਾਣ 'ਚ ਇਹ ਉਸ ਤੋਂ ਵੀ ਕਿਤੇ ਜ਼ਿਆਦਾ ਸਵਾਦ ਸੀ। ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ।